ਅੱਬੂ ਕਹਿੰਦੇ ਨੇ ਇੱਥੋਂ ਦੀ ਬੱਚੀਆਂ ਨੇ ਮੇਰੀਆਂ ਨੇ ਵੀ ਗੁਜ਼ਰਨਾ, ਤੇਰੀਆਂ ਨੇ ਵੀ ਗੁਜ਼ਰਨਾ, ਬੰਨਾ ਜਿਹੜਾ ਚੋਰਾ ਕਰਕੇ ਬੰਨਿਆ। ਕਹਿੰਦਾ ਨਹੀਂ, ਮੇਰੀਆਂ ਬੇਟੀਆਂ ਨੇ ਨਹੀਂ ਗੁਜ਼ਰਨਾ, ਹਾਲਾਂਕਿ ਉਹਦੀਆਂ ਬੇਟੀਆਂ ਨੇ ਵੀ ਗੁਜ਼ਰਨਾ ਸੀ। ਦੋਵੇਂ ਆਪੀਆਂ, ਇੱਕ ਨੇ ਗੋਹਾ ਚੁੱਕਿਆ ਸੀ, ਇਹ ਕੂੜਾ ਸੁੱਟਣ ਗਈ ਨੇ, ਅਤੇ ਉਹਨਾਂ ਨੇ ਬਾਅਦ ਵਿੱਚ ਅੰਮੀ ਵੀ ਉਹਨਾਂ ਦੇ ਪਿੱਛੇ ਪਿੱਛੇ ਚੱਲ ਗਏ ਨੇ। ਠੀਕ ਹੈ। ਉਹਨਾਂ ਨੇ ਪਹਿਲਾਂ ਉਹਨੇ ਜਾ ਕੇ ਅਤੇ ਅੱਬੂ ਨੂੰ ਫੈਰ ਮਾਰਿਆ। ਮੇਰੇ ਅੱਬੂ ਨੇ ਹੱਥ ਅੱਗੇ ਕੀਤੇ ਦਾ ਸੀ, ਮੇਰੇ ਅੱਬੂ ਦੀਆਂ ਉਂਗਲਾਂ ਹੀ ਢਵਾ ਖਰੀਦੀਆਂ ਉਹਨੇ। ਬਾਅਦ ਵਿੱਚ ਦੂਸਰੀ ਭੈਣ ਗਈ ਅੱਬੂ ਨੂੰ ਬਚਾਉਣ ਵਾਸਤੇ, ਉਹਨੇ ਉਹਨੂੰ ਵੀ ਮਾਰ ਛੜਿਆ। ਬਾਅਦ ਵਿੱਚ ਮੇਰੀ ਵੱਡੀ ਭੈਣ ਇਰਮ ਗਈ, ਉਹਨੇ ਉਹਨੂੰ ਵੀ ਮਾਰ ਛੜਿਆ। ਬਾਅਦ ਵਿੱਚ ਅੰਮੀ ਗਈ, ਉਹਨੂੰ ਵੀ ਮਾਰ ਛੜਿਆ। ਕਿੰਨੀ ਦੇਰ ਮੇਂ ਇਹ ਸਭ ਕੁਝ ਹੋਇਆ? 10 ਮਿੰਟ ਵੀ ਨਹੀਂ ਉਹਨੇ ਹੋਏ ਤੇ ਮਾਰ ਕੇ ਚਲ ਗਏ। ਬਹੁਤ ਛੋਟਾ ਮਾਸੂਮ ਬੱਚਾ ਹੈ, ਕੁਝ ਪਤਾ ਨਹੀਂ ਹੈ। ਮਾਂ ਕੀ ਗੋਦ ਮੇਂ ਥਾ, ਫਾਇਰਿੰਗ ਹੋਈ, ਮਾਂ ਕੋ ਫਾਇਰ ਲਗੇ, ਅੱਲਾਹ ਤਾਲਾ ਨੇ ਇਸ ਬੱਚੇ ਕੀ ਜਾਨ ਬਚਾਈ। ਯਹਾਂ ਸੇ ਉਸਕੀ ਬੇਟੀਆਂ ਗੁਜ਼ਰਤੀ ਥੀ, ਗੋਬਰ ਲੈ ਕੇ, ਕਚਰਾ ਲੈ ਕੇ ਆਗੇ ਖੇਤੋਂ ਮੇਂ ਫੈਂਕਤੀ ਥੀ। ਔਰ ਵੋ ਬਾਅਦ ਮੇਂ ਕਈ ਲੈ ਕੇ ਆਇਆ ਘਰ ਸੇ, ਉਸਨੇ ਵਹਾਂ ਸੇ ਬੰਨਾ ਕਾਟਨਾ ਸ਼ੁਰੂ ਕਰ ਦਿਆ। ਨਹੀਂ, ਵੋ ਕਹਤਾ ਥਾ ਯਹਾਂ ਸੇ ਨਹੀਂ ਗੁਜ਼ਰਨਾ। ਬੋਲਤਾ ਯਹਾਂ ਸੇ ਗੁਜ਼ਰਨਾ ਨਹੀਂ ਹੈ। ਅੱਛਾ ਠੀਕ ਹੈ। ਬੰਨਾ ਯਹਾਂ ਬਨਾਨੇ ਦੇਣਾ ਨਹੀਂ ਹੈ। ਔਰ ਆਪ ਬੰਨਾ ਪੀਛੇ ਸੇ ਦੇਖੀ, ਆ ਰੜੀ ਬੰਨਾ ਜੋ ਪੀਛੇ ਸੇ ਹੈ ਨਾ। ਹਮ ਬਹਿ ਨਹੀਂ, ਬਹਿਨੇ ਕਿਆ ਕਰੇਗੀ, ਡਰ ਕੇ ਮਾਰੇ ਬਾਹਰ ਵੀ ਨਹੀਂ ਨਿਕਲ ਸਕਦੀ ਹਮ ਤੋ। ਡਰ ਲਗਤਾ ਹੈ, ਬਹੁਤ ਜ਼ਿਆਦਾ ਲਗਤਾ। ਚਾਰ ਚਾਰ ਅਪਰਾਧ ਜਬ ਘਰ ਸੇ ਚਲੇ ਜਾਏ ਤੋ ਡਰ ਤੋ ਲਗਨਾ ਹੀ ਹੈ ਨਾ। ਮੈਂ ਤੋ ਕੁਛ ਸਮਝ ਹੀ ਨਹੀਂ ਆ ਰਹਾ, ਮੇਰੀ ਤੋ ਸ਼ਾਦੀ ਹੋ ਗਈ ਹੋਈ ਹੈ, ਤੋ ਮੈਂ ਕੈਸੇ ਇਨਕੋ ਮੈਨੇਜ ਕਰੂੰਗੀ। ਕੁਛ ਨਹੀਂ ਸਮਝ ਆ ਰਹਾ। ਅਨਮੈਰਿਡ ਕਿੰਨੀ ਭੈਣੇ ਹੈ? ਦੋ, ਇਹ ਤੀਨ ਰਹਿ ਗਈਆਂ। ਪੁਲਿਸ ਨੂੰ ਦੱਸਿਆ ਤੁਸੀਂ? ਦੱਸਿਆ। ਫੇਰ ਕੀ ਕਹਿੰਦੀ ਪੁਲਿਸ? ਕੌਣ ਸੁਣਦਾ ਹੈ, ਸਾਡੀ ਕਿਹ ਸੁਣੀ ਨਹੀਂ। ਅਗਲੇ ਫੇਰ ਮਾਰ ਗਏ। ਇਹ ਜੋ ਸਕਾਈ ਕਲਰ ਕਾ ਗੇਟ ਆਪਕੋ ਨਜ਼ਰ ਆ ਰਹਾ ਹੈ ਨਾ, ਇਹ ਮੁਲਜ਼ਮੋਂ ਕਾ ਘਰ ਹੈ। ਨੇਮ ਪਲੇਟ ਜ਼ਰਾ ਪੜ੍ਹ ਲੇ। ਫੌਜੀ ਮੁਹੰਮਦ ਇਕਬਾਲ ਆਫ ਸੰਗਨਾਲ ਸ਼ਰੀਫ। ਘਰ ਜੋ ਹੈ ਵੋ ਖਾਲੀ ਪੜਾ ਹੈ। ਜ਼ਾਹਿਰ ਹੈ ਜਬ ਇਹ ਕਤਲ ਗਾਰਤ ਕਰਤੇ ਹੈ ਤੋ ਫਿਰ ਪੁਲਿਸ ਇਨਕੋ ਪਕੜਤੀ ਹੈ, ਫਿਰ ਇਹ ਬੀਵੀ ਬੱਚੇ ਲੈ ਕੇ ਭਾਗ ਜਾਤੇ ਹੈ। ਆਗੇ ਚਲੇ ਮੈਂ ਆਪਕੋ ਬਾਕੀ ਦਰਵਾਜ਼ੇ ਵੀ ਦਿਖਾਤੀ ਹੂੰ ਕਿ ਅਗਲੇ ਇਸ ਘਰ ਕੋ ਜੋ ਦਰਵਾਜ਼ੇ ਲਗਤੇ ਹੈ, ਔਰ ਇਹ ਹੈ ਵੋ ਤੀਸਰਾ ਦਰਵਾਜ਼ਾ। ਅਸਲਾਮੁ ਅਲੈਕੁਮ ਪ੍ਰੋਗਰਾਮ ਪੁਕਾਰ ਕੇ ਸਾਥ ਮੈਂ ਹੂੰ ਆਪਕੀ ਮੇਜ਼ਬਾਨ ਤਹਮੀਨਾ ਸ਼ੇਖ, ਗਾਓਂ ਸੰਗਨਾਲ ਪਸਰੂਰ ਕਾ, ਜਹਾਂ ਪਰ ਆਪ ਮੁਝੇ ਖੜਾ ਹੁਆ ਦੇਖ ਰਹੇ ਹੈ ਖੁਲੀ ਜ਼ਮੀਨ ਪਰ, ਫਸਲੋਂ ਪਰ। ਮੇਰੇ ਲੈਫਟ ਸਾਈਡ ਪਰ ਆਪਕੋ ਜੋ ਜਗ੍ਹਾ ਨਜ਼ਰ ਆ ਰਹੀ ਹੈ, ਇਸੇ ਗਾਓਂ ਕੀ ਜ਼ਬਾਨ ਮੇਂ ਕਹਾ ਜਾਤਾ ਹੈ ਬੰਨਾ। ਇਸ ਬੰਨੇ ਕੇ ਉੱਪਰ ਹਮ ਅਗਰ ਇਸਕੀ ਚੌੜਾਈ ਕੋ ਮਯਰਮੈਂਟ ਕਰੇ ਤੋ ਤਕਰੀਬਨ 1 ਫੁੱਟ ਕੀ ਜਗ੍ਹਾ ਹੈ, ਇਸਸੇ ਜ਼ਿਆਦਾ ਨਹੀਂ ਹੈ। ਯੇ ਵਾਲਾ ਪਲੋਟ ਔਰ ਯੇ ਵਾਲਾ ਪਲੋਟ, ਮਤਲਬ ਇਹ ਜ਼ਮੀਨ ਕੋ ਇਤਨੀ ਬੜੀ ਨਹੀਂ ਹੈ ਜਿਸਕੋ ਮੈਂ ਏਕੜੋਂ ਮੇਂ ਬਿਆਨ ਕਰੂੰ। ਮੇਰੀ ਰਾਈਟ ਸਾਈਡ ਪਰ ਜੋ ਪਲੋਟ ਹੈ ਇਹ ਹੈ ਤਕਰੀਬਨ 3-4 ਮਰਲੇ ਕਾ, ਔਰ ਇਸੀ ਪਲੋਟ ਕੇ ਮਾਲਿਕ ਕੋ ਕਤਲ ਕੀਆ ਗਿਆ, ਗੋਲੀਓ ਕੀ ਬੋਛਾੜ ਕੀ ਗਈ ਹੈ। ਲੈਫਟ ਸਾਈਡ ਕੀ ਬਾਤ ਕਰਤੇ ਹੈ ਤੋ ਵੋ ਵੀ ਕੋਈ ਇਤਨਾ ਬੜਾ ਨਜ਼ਰ ਨਹੀਂ ਆ ਰਹਾ, ਵੋ ਵੀ ਕੋਈ ਇਤਨਾ ਬਹੁਤ ਬੜਾ ਨਹੀਂ ਹੈ ਜਿਸਕੋ ਹਮ ਕਹੇ ਕਿ ਬਹੁਤ ਬੜਾ ਰਕਬਾ ਥਾ ਜੀ ਜਿਸਕੇ ਉੱਪਰ ਕਤਲ ਹੋ ਗਿਆ। ਇਸ ਬੰਨੇ ਕੇ ਝਗੜੇ ਕੇ ਉੱਪਰ ਕਤਲ ਹੋਏ 4। ਇਹ ਕਤਲ ਕੈਸੇ ਹੋਏ ਜ਼ਰਾ ਮੁਖਤਸਰ ਇਹ ਦਾਸਤਾਨ ਆਪ ਸੁਣ ਲੇ। 14 ਅਗਸਤ ਕਾ ਦਿਨ ਥਾ, ਸੁਬਹਾ ਸੁਬਹਾ ਕਾ ਟਾਈਮ ਥਾ। ਗਾਓਂ ਮੇਂ ਅਕਸਰ ਔਕਾਤ ਸੁਬਹਾ ਉੱਠ ਕਰ ਜਲਦੀ ਸੁਬਹਾ ਸੁਬਹਾ ਉੱਠਤੇ ਹੈ ਔਰ ਉੱਠ ਕਰ ਆ ਜਾਤੇ ਹੈ, ਜ਼ਮੀਨੋਂ ਪਰ ਕਾਮ ਕਰਤੇ ਹੈ, ਖਵਾਤੀਨ ਘਰ ਕੇ ਕਾਮ ਕਰਤੀ ਹੈ। ਆਏ ਇਸ ਬੰਨੇ ਪਰ ਕਾਮ ਸ਼ੁਰੂ ਕੀਆ ਕਿ ਮਿੱਟੀ ਵਗੈਰਾ ਕੋ ਸੀਧਾ ਕਰ ਦਿਆ ਜਾਏ, ਬਾਰਿਸ਼ੋਂ ਕੇ ਦਿਨ ਹੈ ਤੋ ਮਿੱਟੀ ਜੋ ਹੈ ਵੋ ਫੈਲ ਜਾਤੀ ਹੈ। ਕਾਤਿਲ ਨੇ ਕਹਾ ਕਿ ਤੁਮਨੇ ਯੇ ਕਾਮ ਕਿਉਂ ਕੀਆ। ਉਸਨੇ ਕਹਾ ਕਿ ਯਾਰ ਕਿਆ ਹੋ ਗਿਆ, ਕੋਈ ਐਸਾ ਮਸਲਾ ਨਹੀਂ ਹੈ, ਯੇ ਵੀ ਕੀਆ ਗਿਆ। ਇਸ ਪਰ ਕਿਆ ਹੁਆ, ਹਾਥੋਂ ਪਰ ਗੋਲੀਆਂ ਮਾਰੀ, ਯੇ ਉਂਗਲੀਆਂ ਉੜਾ ਦੀ। ਬਿਲਕੁਲ ਸਾਥ ਘਰ ਹੈ, ਜਬ ਫਾਇਰਿੰਗ ਹੋਈ, ਜ਼ਾਹਿਰ ਆਵਾਜ਼ ਚੀਕੋ ਪੁਕਾਰ ਹੋਈ ਤੋ ਫੌਰਨ ਸੇ ਬੇਗਮ ਪੀਛੇ ਭਾਗੀ ਬਚਾਨੇ ਕੇ ਲੀਏ। ਜਬ ਬੀਵੀ ਪੀਛੇ ਆਈ ਤੋ ਉਸਕੇ ਯਹਾਂ ਪਰ ਗੋਲੀ ਮਾਰੀ, ਉਸਕਾ ਦਿਮਾਗ ਉੜਾ ਦੀਆ। ਮਾਂ ਕੋ ਮਰਤਾ ਦੇਖਾ ਤੋ ਬੇਟੀ ਪੀਛੇ ਆਈ ਕਿ ਮਾਂ ਕੋ ਬਚਾਏ,
बेटी यहाँ पर जब पहुंची तो उसको भी गर्दन पर गोली मारी गई और उसको भी कत्ल कर दिया गया। उस बहन को बचाने जब दूसरी बहन पीछे आई तो उसको भी गोलियां मारकर कत्ल कर दिया और यहाँ पर सनेआम लाशें फेंकी और धनधनाते हुए भाग गए। कातिल है जनाब शहजाद और इजाज। ये सारा वकुआ, ये सारा मामला जाहिर है गांव वालों ने देखा, पुलिस को बुलाया, पुलिस आई। कहानी इधर खत्म नहीं हुई, डिटेल में आपको बीच में प्रोग्राम के तफसील से बताऊंगी। 5 दिन के बाद ये कत्ल जब हुए 4 इकट्ठे, तो 5 दिन के बाद फिर से हमला किया गया उसी कातिल ने जिसने पहले 5 दिन 4 लोगों को कत्ल किया। अल्लाह जिसे रखे, एक ऐसी औरत जिसकी गोद में 1.5 साल का बच्चा था, उसको गोलियां मारकर छलनी किया गया, लेकिन वो बच्चा खुशकिस्मती से बच गया। अल्लाह ने उसकी जिंदगी लंबी कर रखी थी। जब उस बच्चे की तरफ पिस्तौल तानी गई तो उसकी नानी ने कहा कि ठहरो, इसको माफ कर दो। उस हाथ पर गोलियां चलाई गईं, लेकिन वो बच्चा बच गया। गांव वाले यहाँ पर मेरे साथ मौजूद हैं, इनसे हम बात करते हैं। आप जरा आइएगा, क्या नाम है आपका? मेरा नाम मोहम्मद इशफाक है। मोहम्मद इशफाक, इशफाक संगनाल गांव के रहने वाले? जी, संगनाल गांव के। अच्छा, मुझे जो मैंने बताया तफसील से, क्या ये सब दुरुस्त है? यही दुरुस्त है। दुरुस्त है, सारा गांव जानता है यही दुरुस्त है। यही दुरुस्त है, और आपके सामने भी है। ठीक है, ये तकरीबन 3 से 4 मरले की जगह है, और वो वाली कितनी है? वो तकरीबन होगी 2 कनाल जगह। 2 कनाल है, 2.5 कनाल है, और ये कातिलों की है? कातिलों की है। अच्छा, ये क्या कहते थे कि इस बन्ने को खत्म करो? नहीं नहीं, ये वो बन्ना थोड़ा चढ़ाई में कर रहे थे। ठीक है, जिसको कत्ल किया गया। हाँ? यहाँ से उसकी बेटियां गुजरती थी, गोबर लेके, कचरा लेके आगे खेतों में फेंकती थी, और वो बाद में कई लेके आया घर से, उसने वहाँ से बन्ना काटना शुरू कर दिया। नहीं, वो कहता था यहाँ से नहीं गुजरना, बोलता यहाँ से गुजरना नहीं है। अच्छा, मैंने बन्ना यहाँ बनाने देना नहीं है। और आप बन्ना पीछे से देखें, ऑलरेडी बन्ना जो पीछे से है ना, बिल्कुल इधर आया हुआ है, बिल्कुल है, तकरीबन 1.5 फुट का फासला है। ठीक है, बाद में इधर से जगड़ के वो घर चला गया। ठीक है, जरा घर दिखाते हैं, बिल्कुल बैक पर घर है, ये घर है। अच्छा, जो कातिल जिसको कत्ल किया वो यहाँ से इधर जाने लगा, वहाँ उसको फायर मार दिया, वो अच्छा। कोने पे वहाँ फायर मार के करा दिया, उधर से उसकी बेटी आई है छोटी बचाने उसको भी करा दिया। बाद में उसने दरवाजा खोला, उधर देखा कौन आ रहा है, उसकी बीवी आ रही थी, उसकी जो बहन जिसके पास छोटा बच्चा था वो आ रही थी, उन दोनों को जिनको भी मारा यहाँ 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 यहाँ। अच्छा, यही फेर ताकि बच ना पाए, बच ही ना पाए, यही ना, किसी को पानी तक नहीं पिला सकता, कोई भी मौका ही नहीं मिला, मौके पे ही मर गए सारे, अस्पताल तो नहीं लेकर गए। एक औरत पीछे से आई है, उसने बोला जालिमा की जुल्म कर रहा है। हाँ। क्या जुल्म कर रहा है, उसको पता नहीं यहाँ फेर लगा या यहाँ लगा। अच्छा, वो जिंदगी और मौत में लाहौर अस्पताल में, राहगीर थी वो। हाँ, राहगीर थी वो, पता नहीं इनके घर से दूध लेके जा रही थी या आ रही थी, मुझे नहीं पता, लेकिन उसने ये बोला कि जालिमा क्या कर रहा है, उसने उसको यहाँ फेर मार दिया, यहाँ लगा या यहाँ लगा, ये मुझे पक्का पता नहीं। कैसी कंडीशन है उसकी अभी? बस ऐसे नॉर्मल ही है, वो तो ऐसे बहुत कमजोर लोग हैं, वो उसका ऑपरेशन ही नहीं करवा सकते। ठीक है, आइए जी घर चलते हैं, और घर जाकर जो बहनें इस दुनिया पर रह गई 4, उनसे बात करते हैं। इस टाइम में जिस घर में मौजूद हूँ, इस घर पर कयामत गुजरी है। 4 कत्ल इकट्ठे एक ही फैमिली के कर दिए गए दुश्मनी की बिना पर। कितनी जमीन थी जिसका झगड़ा था, और जाने वालों के बाद घर पर वारिसान कौन कौन रह गए हैं वो हम इनसे जानते हैं। ये लड़की जो आपको गुमसुम नजर आ रही है, इस लड़की की बहन इस दुनिया से चले गई। ये बच्चा बहुत छोटा मासूम बच्चा है, कुछ पता नहीं है, माँ की गोद में था, फायरिंग हुई, माँ को फायर लगे, अल्लाह ताला ने इस बच्चे की जान बचाई,
ये बच्चा आज हमारे बीच में मौजूद है। डिटेल से बात करते हैं। क्या नाम है बेटा? साहिबा। साहिबा जी। सबा? साहिबा। साहिबा। साहिबा बेटा, वालिद साहब क्या करते हैं? वालिद साहब मजदूरी, मेहनत मजदूरी करते हैं। आप कितने बहन भाई हो? सात। सात बहन भाई हो? छह बहनें एक भाई। छह बहनें एक भाई। एक भाई। छह बहनों में से कितनी बहनें अल्लाह को प्यारी हो गईं? दो बहनें, एक एक बड़ी थी और एक मुझसे छोटी थी। अच्छा, और इसकी अम्मी का क्या नाम है? इरम। जो दुनिया से चले हाँ गई जी। अच्छा बेटा, मुझे ये बताओ कि जो बहनें इस दुनिया से चले गईं, इनकी ये नाम क्या हैं, इनकी उम्रें क्या हैं? बड़ी बहन का नाम इरम है, उसकी उम्र 24-25 साल है, और जो छोटी है उसका नाम फातिमा है, उसकी उम्र 13 साल है। 13 साल हाँ और 25 साल। हाँ जी। 25 साल वाली का ये बच्चा है जी। एक ही बेटा है? हाँ जी। और भी बच्चे हैं? नहीं, एक ही है। अभी शादी हुई थी जी। अच्छा बेटा, झगड़ा कहाँ से स्टार्ट हुआ था वो जरा मुझे डिटेल से बताओ, क्या टाइम था? झगड़ा कोई नहीं था, अबू झगड़ा कोई भी नहीं, अबू करू गए। हाँ। अच्छा, वट बनन वास्ते गए सी? हाँ जी, वट बनन, अबू मेहनत मजदूरी कर दे। हाँ, अबू वट बनन गए। हाँ करू। अच्छा, ठीक है। उठे जाके अबू ने तीन थप मारे ने। थप मारे ने? हाँ जी, तीन कई दे नाल बन्ना सीधा किता। अच्छा, ठीक है। अबू ने जाके आख्या तू अपनी जमीन ते बन, हाड़ी जमीन ते कल बने दा। कहंदा नहीं, मैं अपनी जमीन ते बने दा। बेटा किन्नू क्या सी है? उन्हें दुश्मन जरा ना शहजाद, उन्हें मेरे अबू नु आख्या ही। ठीक है। अबू कहंदे ने एथो दी बच्चियां ने, मेरिया ने भी गुजरना, तेरिया ने भी गुजरना, बन्ना जरा चोरा करके बनिया। कहंदा नहीं, मेरिया बेटिया ने नहीं गुजरना, हालांकि ओदिया बेटिया ने भी गुजरना ही। ठीक है। बाद विच अबू गए ने, दो एक दो आपियां, एक ने गोया चुके रही, एक कूड़ा सुटन गई ने। ते उन्होंने बाद विच अम्मी भी उन्हां दे पिछे पिछे चल गए ने। ठीक है। उन्होंने पहला उन्हें जाके ते अबू नू फैर मारिया, मेरे अबू ने हाथ अगे किते दा ही, मेरे अबू दियां उंगलियां टवा खरीदियां उन्हें। बाद विच मेरी उंगलियों को क्या कि तोड़ दिया? हाँ। अच्छा, कैसे? फाइल मार के ना। अच्छा, उन्हें अबू ने हाथ जोड़े हुए थे? नहीं। हाँ। अबू ने ऐसे हाथ किया जब वो मारने लगा था ना। हाँ हाँ। और अबू ने थे हाथ किते दा ही, उन्हें अबू नू मारिया। बाद विच दूसरी भैन गई। हाँ। अबू नू बचाने वास्ते उन्हें उन्हें भी मार हड़िया। अच्छा। बाद विच मेरी वड्डी भैन इरम गई, उन्हें भी मार छड़िया। बाद विच अम्मी गई, उन्हें भी मार छड़िया। अहीं ताए अबूरा नू सदन गई दियां हां। बाद विच जदों अहीं वापसी च आईयां हां, उन्हां ने अम्मी अबूरा नू आपियां नू मार छड़िया ही। अहीं गईयां हां, उन्हां दा ना कोई साह ही ना कुछ ही। कितनी देर में ये सब कुछ हुआ है? 7 बजे। नहीं, कितने? आधा घंटा, 10 मिनट, कितनी देर लगी है? 10 मिनट भी नहीं, उन्हें मार के चल गए। कितने लोग थे बेटा? चार। चार थे? शहजाद था? नहीं, हमारे घर के चार थे। आपके घर के जो मारने वाले लोग थे वो कितने के थे? एक शहजाद ही ते एक इजाज ही। दोनों भरा सी? नहीं। हाँ। इजाज दा पता नहीं कित्थों आया ही। अच्छा, दोनों कोल असला सी? हाँ हाँ जी, दोनों कोल ही। होर भी नाल बंदे ऐसी के नहीं है ही, मगर उन्हां दा हानू नहीं पता, और कई मारी है या बेलचा मारा है, जो भी तरीका है, कार है, इतने में वो आ गया और उसने कहा कि ये हमारी जगह है। ठीक है, जगह कट्टी ही, उन्होंने भी कट्टी है। ठीक है। अच्छा मुझे बताओ के वहां से झगड़ा शुरू हो गया है, ठीक है, फिर
ये वहाँ पे खड़ा हुआ पहले से क्या कर रहा था शहजाद? हाँ वो जब जिदू अबू गए हाँ ना हाँ उन्हें जाके ते अबू नु आख्या है की क्या है ਉਹਨੇ ਆਖਿਆ ਆ ਕਿ ਤੂੰ ਇੱਥੇ ਬੰਨਾ ਕਾਲੀ ਬੰਨੇ ਕਰਨਾ ਹੈ ਠੀਕ ਹੈ ਯਾਨੀ ਪਹਿਲੇ ਤਾਂ ਉੱਥੇ ਮੌਜੂਦ ਨਹੀਂ ਸੀ ਅਬੂ ਦੇ ਬਾਅਦ ਆਇਆ ਅਬੂ ਦੇ ਬਾਅਦ ਆਇਆ ਜਦੋਂ ਉਹਨੇ ਵੇਖਿਆ ਨੇ ਕਿ ਅਬੂ ਚਲ ਗਏ ਨੇ ਉੱਥੇ ਤੇ ਉਸ ਤੋਂ ਬਾਅਦ ਉਹ ਉੱਥੇ ਆਇਆ ਅੱਛਾ ਮੈਨੂੰ ਇਹ ਦੱਸ ਕੇ ਕਿਹੜੀ ਪਿਸਟਲ ਸੀ ਵੱਡੀ ਸੀ ਛੋਟੀ ਸੀ ਵੱਡੀ ਜਦੋਂ ਆਇਆ ਅਬੂ ਨੂੰ ਦੱਸਣ ਤੇ ਪਿਸਟਲ ਲੈ ਕੇ ਆਇਆ ਹਾਂਜੀ ਗਨ ਲੈ ਕੇ ਆਇਆ ਗਨ ਲੈ ਕੇ ਆਇਆ ਤੇ ਨਾਲ ਇਜਾਜ਼ ਵੀ ਨਾਲ ਹੀ ਆ ਗਿਆ ਨਹੀਂ ਇਜਾਜ਼ ਬਾਅਦ ਵਿੱਚ ਆਇਆ ਸੀ ਕਿੰਨੀ ਦੇਰ ਬਾਅਦ ਜਦੋਂ ਉਹਨੇ ਅੰਮੀ ਨੂੰ ਤੇ ਅਬੂ ਨੂੰ ਤੇ ਆਪੀ ਨੂੰ ਮਾਰਿਆ ਸੀ ਉਸ ਬਾਅਦ ਵਿੱਚ ਉਹ ਆਇਆ ਸੀ ਅੱਛਾ ਠੀਕ ਹੈ ਫਿਰ ਕਤਲ ਕਰਤਾ ਹਾਂਜੀ ਕਤਲ ਕਰਕੇ ਨਸ ਗਏ ਸੀ ਜਾਂ ਉੱਥੇ ਹੀ ਖੜੇ ਸੀ ਨਸ ਗਏ ਸੀ ਨਸ ਗਏ ਸੀ ਹਾਂਜੀ ਫਿਰ ਤੁਸੀਂ ਪੁਲਿਸ ਨੂੰ ਫੋਨ ਕੀਤਾ ਹਾਂਜੀ ਕਿੰਨੀ ਦੇਰ ਬਾਅਦ ਪੁਲਿਸ ਆਈ ਅੱਧੇ ਘੰਟੇ ਬਾਅਦ ਆਈ ਪੁਲਿਸ ਫੋਨ ਨਹੀਂ ਲੱਗੇਗਾ ਤਾਂ ਹਾਂ ਇਸ ਸਿਗਨਲਸ ਦਾ ਮਸਲਾ ਹੈ ਯਹਾਂ ਪੇ ਅੱਛਾ ਅਬ ਮੁਝੇ ਯੇ ਬਤਾਓ ਕਿ ਚਾਰ ਲੋਗੋਂ ਕੋ ਅੰਮੀ ਅੱਬੂ ਔਰ ਆਪਕੀ ਦੋ ਬਹਿਨੇ ਮੌਕੇ ਪਰ ਫੋਤ ਹੋ ਗਈ ਹਾਂਜੀ ਔਰ ਕਿਸ ਕਿਸ ਕੋ ਗੋਲੀ ਲੱਗੀ ਹੋਰ ਇੱਕ ਮੁਹੱਲੇ ਦੀ ਔਰਤ ਸੀ ਉਹਨਾਂ ਕੋਲ ਦੁੱਧ ਲਿਆਉਣ ਜਾਇਆ ਕਰੀ ਉਹਨੂੰ ਉਹਦੇ ਇੱਥੇ ਲੱਗੀ ਦੀ ਆ ਲਾਹੌਰ ਹਸਪਤਾਲ ਵਿੱਚ ਹੈ ਤਬੀਅਤ ਠੀਕ ਹੈ ਉਹਦੀ ਜਾਂ ਖਤਰੇ 'ਚ ਹੈ ਖਤਰੇ 'ਚ ਹੈ ਖਤਰੇ 'ਚ ਹੈ ਹਾਂਜੀ ਅੱਛਾ ਤੇ ਬੇਟਾ ਇਹ ਸ਼ਹਿਜ਼ਾਦ ਔਰ ਇਜਾਜ਼ ਤੁਹਾਡੇ ਘਰ ਆਉਂਦੇ ਜਾਂਦੇ ਸੀ ਨਹੀਂ ਨਹੀਂ ਆਉਂਦੇ ਸੀ ਤੁਸੀਂ ਜਾਂਦੇ ਸੀ ਉਹਨਾਂ ਵੱਲ ਸ਼ਹਿਜ਼ਾਦ ਆਉਂਦਾ ਸੀ ਇਜਾਜ਼ ਨਹੀਂ ਸਾਡੇ ਘਰ ਆਉਂਦਾ ਸ਼ਹਿਜ਼ਾਦ ਆਉਂਦਾ ਸੀ ਤੇ ਕੀ ਕਹਿੰਦਾ ਸੀ ਕਿਵੇਂ ਦਾ ਰਵੱਈਆ ਹੁੰਦਾ ਸੀ ਨਹੀਂ ਪਹਿਲਾਂ ਸਾਡੇ ਨਾਲ ਸਹੀ ਸੀ ਕੋਈ ਝਗੜਾ ਨਹੀਂ ਕੋਈ ਕੁਛ ਨਹੀਂ ਤੇ ਸਾਨੂੰ ਖੁਦ ਨਹੀਂ ਸਮਝ ਆਉਂਦੀ ਨਾ ਕੋਈ ਝਗੜਾ ਸੀ ਨਾ ਕੁਛ ਗੱਲਬਾਤ ਨਾਰਮਲ ਕਰਦਾ ਸੀ ਹਾਂਜੀ ਕੋਈ ਰੋਲਾ ਰੂਲਾ ਕੋਈ ਨਹੀਂ ਕੋਈ ਨਹੀਂ ਅੱਛਾ ਠੀਕ ਹੈ ਹੁਣ ਇਹ ਬੱਚਾ ਤੁਹਾਡੇ ਕੋਲ ਹੈ ਉਸ ਦਿਨ ਦਾ ਹਾਂਜੀ ਅੱਛਾ ਭਰਾ ਕਿੱਥੇ ਹੈ ਤੁਹਾਡਾ ਬਾਈ ਉਹ ਨੇ ਖੜੇ ਬੁਲਾਏ ਜੀ ਭਾਈ ਕੋ ਬੁਲਾਏ ਅਸਲਾਮ ਅਲੈਕੁਮ ਕਿਆ ਨਾਮ ਹੈ ਜੀਸ਼ਾਨ 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 ਕਿਤਨੀ ਬਹਿਨੇ ਹੈ ਆਪਕੀ 6 ਬਹਿਨੇ ਹੈ ਜੀਸ਼ਾਨ ਕਿਆ ਹੁਆ ਹੈ ਮੈਂ ਕਹਾ ਨਹੀਂ ਹੈ ਅੱਛਾ ਆਪ ਘਰ ਪਰ ਨਹੀਂ ਥੇ ਕੋ ਪਤਾ ਹੈ ਇਹ ਪੁਲਿਸ ਪੁਲਿਸ ਕਿਉਂ ਆਈ ਵੀ ਹੈ ਝਗੜਾ ਕਿਉਂ ਹੋ ਰਿਹਾ ਹੈ ਹੈ ਪਤਾ ਨਹੀਂ ਪਤਾ ਅੱਛਾ ਮੁਝੇ ਬਤਾਓ ਮਾਮਲਾ ਕਿਆ ਹੈ ਝਗੜਾ ਕਿਸ ਚੀਜ਼ ਕਾ ਹੈ ਨਹੀਂ ਪਤਾ ਨਹੀਂ ਪਤਾ ਕਤਲ ਕੌਣ ਕੌਣ ਹੋਇਆ ਅੰਮੀ ਤੇ ਅਬੂ ਦੇ ਬਹਿਣੇ ਅੰਮੀ ਅਬੂ ਤੇ ਦੋ ਬਹਿਣੇ ਦੋ ਬਹਿਣੇ ਤੋ ਕਿਸਨੇ ਮਾਰਾ ਇਨ ਇਨਕੋ ਅੰਮੀ ਅਬੂ ਕੋ ਮੈਨੂੰ ਨਹੀਂ ਪਤਾ ਨਹੀਂ ਪਤਾ ਅੱਛਾ ਥੋੜਾ ਬਹੁਤ ਬਤਾਓ ਮੁਝੇ ਕੁਛ ਕਰਤੇ ਹੋ ਕਾਮ ਸ਼ਾਮ ਕਰਤੇ ਹੋ ਕੋਈ ਜੀ ਕਿਆ ਕਰਤੇ ਹੋ ਕਟਿੰਗ ਕਾਮ ਕਰਤੇ ਹੋ ਕਟਿੰਗ ਕਾ ਕਾਮ ਕਰਤੇ ਹੋ ਅੰਮੀ ਅਬੂ ਯਾਦ ਆਤੇ ਹੈ ਜੀ ਠੀਕ ਹੈ ਭਾਈ ਕਾ ਕੋਈ ਮਸਲਾ ਹੈ ਜੀ ਮਸਲਾ ਕਿਆ ਇਸ਼ੂ ਹੈ ਯੇ ਇਤਕਾ ਇਤਨਾ ਦਿਮਾਗ ਨਹੀਂ ਹੈ ਸਮਝ ਨਹੀਂ ਹੈ ਇਤਨੀ ਸਮਝ ਨਹੀਂ ਹੈ ਇਸਕੋ ਸਮਝ ਨਹੀਂ ਰੱਖਤੇ ਹੈ ਇਤਨੀ ਬਾਤਚੀਤ ਨਹੀਂ ਕਰ ਸਕਤਾ ਨਹੀਂ ਕਿਸੇ ਕੇ ਸਾਹਮਣੇ ਤਾਂ ਵੈਸੇ ਨਹੀਂ ਕਰ ਸਕਤੇ ਅੱਛਾ ਤੋ ਵੈਸੇ ਨਾਰਮਲ ਹੈ ਆਣਾ ਜਾਣਾ ਉੱਠਣਾ ਖਾਣਾ ਪੀਣਾ ਇਤਨਾ ਕਰ ਲੈਂਦਾ ਜੀ ਇਤਨਾ ਕਰ ਲੈਂਦੇ ਹਾਂ ਅੰਮੀ ਅਬੂ ਕੇ ਬਾਰੇ ਮੇਂ ਪਤਾ ਹੈ ਕਿ ਫੌਤ ਹੋ ਗਏ ਕਤਲ ਹੋ ਗਏ ਜੀ ਜੀ ਇਹ ਪਤਾ ਹੈ ਅੱਛਾ ਹਮ ਬਹਿਨ ਹੈ ਬਹਿਨ ਹੈ ਕਿਆ ਕਰੇਗੀ ਡਰ ਕੇ ਮਾਰੇ ਬਾਹਰ ਵੀ ਨਹੀਂ ਨਿਕਲ ਸਕਤੀ ਹਮ ਤੋ ਡਰ ਲਗਤਾ ਹੈ ਬਹੁਤ ਜ਼ਿਆਦਾ ਲਗਤਾ ਚਾਰ ਚਾਰ ਅਪਰਾਧ ਜਬ ਘਰ ਸੇ ਚਲੇ ਜਾਏ ਤੋ ਡਰ ਤੋ ਲਗਨਾ ਹੀ ਹੈ ਨਾ ਜਬ ਮੈਂ ਆਈ ਤੋ ਮੈਨੇ ਤੋ ਚਾਰ ਚਾਰ ਲਾਸ਼ ਕੋ ਦੇਖੋ ਮੁਝੇ ਤੋ ਗਾਸ਼ੀ ਪੜ ਗਿਆ ਅੰਮੀ ਅੱਬੂ ਕੋ ਤਬ ਚਾਰ ਭਾਈ ਕੋ ਪਲਟ ਆਇਆ ਹੋਗਾ ਥਾ ਮਾਂ ਬਾਪ ਥੇ ਇੱਕ ਹੀ ਬਚ ਜਾਤਾ ਹਮਾਰੀ ਮਾਂ ਹੀ ਰਹਿ ਜਾਤੀ ਹਮਾਰੇ ਸਾਥ ਪੇ ਹਾਥ ਤੋ ਰਖਤੀ ਬਾਪ ਵੀ ਰਹਿ ਜਾਤਾ ਪਰ ਕੋਈ ਨਹੀਂ ਹਮੇ ਤੋ ਕੁਛ ਸਮਝ ਹੀ ਨਹੀਂ ਆ ਰਹਾ ਮੇਰੀ ਤੋ ਸ਼ਾਦੀ ਹੋ ਗਈ ਹੋਈ ਹੈ ਤੋ ਮੈਂ ਕੈਸੇ ਇਨਕੋ ਮੈਨੇਜ ਕਰੂੰਗੀ ਮੁਝੇ ਕੁਛ ਨਹੀਂ ਸਮਝ ਆ ਰਹਾ ਅਨਮੈਰਿਡ ਕਿਤਨੀ ਬਹਿਨੇ ਹੈ ਦੋ ਯੇ ਤੀਨ ਰਹਿ ਗਈਆਂ ਮੇਰੀ ਬੜੀ ਬਹਿਨ ਕਾ ਤੋ ਦਿਮਾਗ ਹੀ ਉਡਾ ਦਿਆ ਉਹ ਤਾਂ ਦੇਖਾ ਹੀ ਨਹੀਂ ਜਾ ਰਹਾ ਥਾ
हम कैसे भूलेंगे उनको इस तरह की उनकी कंडीशन देखकर। अम्मी याद आती हैं? हाँ जी। फिर क्या करती हो? रोती हूँ। अब और बहनें कहाँ हैं आप लोगों की? ये छोटी सिस्टर है। और बस आप चार हैं? जी। अच्छा बेटा क्या नाम है आपका? माहम। माहम, माहम कौन सी क्लास में हो? फोर में। फोर क्लास में हो। अच्छा माहम मुझे बताओ बेटा क्या हुआ है उस दिन? मैं घर थी, मैं घर सोई हुई थी, मुझे नहीं था पता। अच्छा सो रही थी, फिर कितने बजे उठी थी? जब कत्ल हो गए थे तब मैं उठी थी। तो ये किसने कत्ल किया है अम्मी अबू को? शहजाद ने। क्यों मारा है? क्यों मारा है बेटा? मुझे नहीं पता। नहीं पता? अब रात को किसके साथ सोती हो? आप ही के साथ। आप ही के साथ? अम्मी याद आती हैं? हाँ जी। फिर क्या करती हो? रोती हूँ। अम्मी ज्यादा याद आती हैं या अबू? दोनों। दोनों ज्यादा याद आते हैं। अम्मी के कहाँ गोली लगी थी? यहाँ गर्दन पे। और अब्बू के? अब्बू के यहाँ ही लगी। फेस पे, मुंह पर। और बहनों के कहाँ लगी थी? एक के यहाँ लगी हुई थी और एक के यहाँ। क्यों मार दिया? मुझे नहीं पता। नहीं पता? आपको डर लगता है या नहीं लगता? लगता है। क्या डर लगता है? फिर से आ जाएंगे? हाँ जी। कांप क्यों रही हो? डर लग रहा है? आप हैं चौथी बहन जी। हो, इस कत्ल के बाद पुलिस की जानिब से आप लोगों को कोई प्रोटेक्शन दी गई? जी। क्या प्रोटेक्शन दी गई? पुलिस कहती थी हम आपके साथ इंसाफ करेंगे, आपके माँ बाप के बाद हम आप लोगों को इंसाफ दिलाएंगे। तो इसके बाद रात को अचानक ही हम तो कमरे में सोए हुए थे, तकरीबन एक दो बजे का टाइम था, अचानक हमें फायरिंग की आवाज सुनाई दी। हम तो डर के मारे कुंडी लगा के कमरे में। कब की बात है ये? रात की। कल रात की? जी। यानी अम्मी अबू और दो बहनों के कत्ल होने के बाद फिर से हमला हुआ? जी, हमला हुआ। कितने दिन के बाद हमला हुआ? पाँच छह सात दिन के बाद ही। पाँच छह दिन के बाद दोबारा हमला किया है। हमलावर कौन था? ये शहजादे जिसने पहले चार कत्ल किए हुए थे। हम तो तकरीबन रात के एक दो बजे। अच्छा फिर हमें फायरिंग का आवाज सुनाई दिया। हम तो पहले ही डरे हुए थे, हमारे घर के चार अफराद चला गए थे। हम तो डर के हमारे कमरे में घुस गए। तो अचानक ही जब हम सुबह उठे तो पता चला कि बाप के कातिल को मार दिया गया। ये नहीं पता किसने मारा किसने। वो फिर हम पे फायरिंग हो रही थी जी, बहुत ज्यादा हो रही थी। ठीक है। तो हम तो बहुत डर गए हुए थे, तो हमने तो कुंडियां लगा ली थी, कमरे में घुस गए। अच्छा। तो जब सुबह उठे तो पता चला कि बाप के कातिल को मार दिया गया। हमारे बाप को और बहन को इंसाफ मिल गया। हम तो बेटा अब घर को कैसे मैनेज कर रहे हो? कमाने वाले तो अबू थे ना, भाई तो पहले ही ठीक नहीं है। मैं तो कुछ समझ ही नहीं आ रहा, मेरी तो शादी हो गई हुई है, तो मैं कैसे इनको मैनेज करूंगी? कुछ नहीं समझ आ रहा। अनमैरिड कितनी बहने हैं? दो, ये तीन रह गई हैं। एक ये बच्ची है बहुत छोटी जी। अच्छा एक ये है और एक वो। तीन बहने अनमैरिड है जी। अच्छा तो भाई की शादी करनी है या नहीं? कर दी हुई है भाई की शादी। कर दी हुई है। भाई के कितने बच्चे हैं? एक बच्चा है। अच्छा तो भाई का ये जो ज़हनी प्रॉब्लम है ये शादी से पहले क्या शुरू से है? शुरू से इस तरह की इनको कोई पता नहीं है कौन आ रहा है कौन जा रहा है, कोई बीमार है या कोई
मर गया कोई जी रहा कुछ नहीं पता इनको कुछ नहीं पता बस आपने से अब बेटा तीन बहनें हैं कमाने वाला बाप इस दुनिया से चला गया माँ इस दुनिया से चले गई तो क्या मुतालबा है आपका इन तीन बहनों का वाली वारिस इनका खाना पीना बड़ी जिम्मेदारी होती है हाँ जी बहुत जिम्मेदारी हमें खुद नहीं समझ आ रहा हम क्या करेंगे कौन है हमारा कोई नहीं है सर पे हाथ रखने वाला भी कोई नहीं माँ बाप थे एक ही बच जाता हमारी माँ ही रह जाती हमारे साथ पे हाथ तो रखती बाप भी रह जाता पर कोई नहीं है देखभाल करने वाला कोई नहीं है हम बहन ही बहन है क्या करेंगी डर के मारे बाहर भी नहीं निकल सकती हम तो डर लगता है बहुत ज्यादा लगता है चार चार अपराध जब घर से चले जाए तो डर तो लगना ही है ना सही कह रही हो हमारा बाप ही था हमारा सहारा हमारी बहनों का पेट पालता था मजदूरी काट के दिन रात मेहनत करता था बेटा जब अब्बू गए हैं घर से जाहिर है अब्बू को बचाने के लिए अम्मी गई हैं अम्मी को बचाने के लिए बहन गई है उसको बचाने के लिए एक और बहन गई है जो जो जाता गया उसको गोलियां मारता मार गया अच्छा मुझे ये बताओ बेटा कि जब आप मौके पर गई हो अम्मी अब्बू बहनों की लाशों के पास तो क्या उस टाइम वो आखिरी सांसें ले रहे थे या खत्म हो चुके मेरे तो गाँव में शादी हुई है उधर ये मेरी छोटी बहन कहती है अम्मी मुझे कहती है जाओ आप ही को बुला के लेके आओ झगड़ा हो रहा है तो उसको बुला के लेके आओ ये मुझे बुलाने गई है जब मैं आई तो मैंने तो चार चार लाशों को देखो मुझे तो घासी पड़ गया अम्मी अब्बू को तब चार भाई को पलटाया हुआ था खत्म कोई खत्म उसने सांस लेने दिया ही नहीं मौका नहीं दिया इधर इधर फायरिंग की हुई थी हाथ उड़ा दिए हुए थे मेरी बड़ी उड़ा दिए थे जी फायरिंग से हाँ जी उतर गए थे उतर गए हुए थे ये फिंगरी उतर गई हुई थी उनको मारा था उन्होंने ऐसे हैंड कर दिया था ये छोटे बच्चे को भी मार रहा था लेकिन मेरी अम्मी ने ऐसे हैंड किया तो हैंड के ऊपर लग गई बच्चा बच गया जी बच्चा बच के नीचे गिर गया मेरी बड़ी बहन का तो दिमाग ही उड़ा दिया हुआ था देखा नहीं जा रहा था हम कैसे भूलेंगे उनको इस तरह की उनकी कंडीशन देखकर अम्मी क्या कह रही थी कि बहन को बुला के लाओ हाँ जी क्या कहा था अम्मी ने अम्मी कह रही थी बहन को बुला के ले क्यों थे इसलिए मैं आप ही को बुलाने के लिए गई थी अच्छा तो और पानी वगैरह कुछ मांग रही थी अम्मी बात और कोई की थी अम्मी ने अब्बू ने बहनों ने अब्बू जब पहले ही चला गया हुआ था अबू पहले ही चला गया था जरा घर की कंडीशन जरा एक मरतबा से दिखा दें जाने वाले इस दुनिया से चले गए जुल्म का शिकार हुए तशद्दुद का शिकार हुए बर्बरियत का शिकार हुए अब जो इस दुनिया पर हैं वो ये चार बहनें हैं जिनमें से ये बहन मैरिड है जाहिर है अपने घर वाली है ये बच्ची इसके सर पर बाप नहीं है इसके सर पर माँ का साया नहीं है ये बच्ची तीनों बहनें अनमैरिड हैं कमाने वाला कोई है नहीं घर के हालात जरा आप देख लें तो हकूमत से ये मुतालिबा करते हैं आला हुकाम से ये मुतालिबा करते हैं कि हमारा वाली वारिस भी चला गया हमें नहीं समझ आ रही है कि अब हमने जिंदगी कैसे गुजारनी है किसके सहारे पर गुजारनी है हैरान कुन बात यह है इस घर में आकर जो मुझे महसूस हुआ वो ये है कि कातिल आया हमलावर हुआ चार कत्ल किए और भाग गया ठीक 5 से 6 दिन के बाद वही कातिल शहजाद नामी शख्स और उसके साथ इजाज नामी शख्स जिनके साथ इनका झगड़ा है वो दोबारा से आया रात के पिछले पहर में और घर के बाहर खड़े होके चूंकि ये गांव है देहाती इलाका है बाहर खड़े होके फायरिंग शुरू कर दी जब फायरिंग शुरू हुई तो जाहिर है गोलियां जो हैं वो अंधाधुंध चली ये लड़कियां ये बच्चियां इन्हें क्या कहा जाए इन्होंने दरवाजे को बंद किया और अंदर छुप गईं
किसी ने जानमाज बिछा लिया और किसी ने अल्लाह के आगे गिड़गड़ाना शुरू कर दिया कि अब हम क्या करें, बाप तो है नहीं और भाई अल्लाह इसको सेहत दे ना होने के बराबर है, जिसको पता ही नहीं है माँ बाप का, जिसको पता ही नहीं है कमाने का, जिसको पता ही नहीं है किसी भी चीज का। पुलिस फौरन से आई है, आपस में इनके फायरिंग का तबादला होता रहा। जाहिर है वो कातिल है, फिर चार इकट्ठे कत्ल किए हैं और फिर अब तक गिरफ्तार भी नहीं हुआ, अपने साथ साथियों को भी लाया तो अपने ही साथी की फायरिंग से हलाक हो गया। सुबह में ये डरी सहमी जब बाहर निकली तो देखा कि घर के बाहर लाश पड़ी हुई है और वो लाश किसकी थी, वो लाश शहजाद की थी। अब एक और मुलजिम इजाज जो कि धन धनाता फिर रहा है, अभी तक पुलिस उसको गिरफ्तार नहीं कर पाई। उम्मीद रखते हैं कि वो भी पुलिस जल्द गिरफ्तार कर लेगी, लेकिन ये खौफजदा हैं। इनको कॉल्स आती हैं, इनको डराया जाता है, इनको कहा जाता है कि तुम्हारे आधे खानदान को अभी मारा है, पूरे खानदान को उड़ा के रख देंगे, फिर तुम्हें सबर आएगा। इस केस का मुदई जो है वो रिश्ते में लगते हैं ताया, टांग उनकी थोड़ी सी ऑलरेडी इसी मामलात पे इसी दुश्मनी में मुतासिर है। इजाज ने आज से कुछ साल पहले इनको फायर मारा था जो कि इनकी टांग पर लगा था, जिसकी वजह से टांग प्रॉपरली काम नहीं कर पाती। अब चार लोग इस घर से चले गए, जाहिर है मुदई किसी ना किसी को समझदार शख्स को तो बनना है, अब ये मुदई बने हैं। इजाज पुलिस की हिरासत में नहीं है, मामला बड़ा संगीन है, तो इनके पास चलते हैं और इनसे डिटेल से बात करते हैं। ये जो स्काई कलर का गेट आपको नजर आ रहा है ना, ये मुलजिमों का घर है। नेम प्लेट जरा पढ़ लें, फौजी मोहम्मद इकबाल ऑफ संगनाल शरीफ। घर जो है वो खाली पड़ा हुआ है, जाहिर है जब ये कत्ल गारत करते हैं तो फिर पुलिस इनको पकड़ती है, फिर ये बीवी बच्चे लेके भाग जाते हैं। आगे चले मैं आपको बाकी दरवाजे भी दिखाती हूँ कि अगले इस घर को जो दरवाजे लगते हैं, और ये है वो तीसरा दरवाजा जो इन्हीं कातिलों का मुलजिमों का घर है। यानी इस घर को तीन दरवाजे लगते हैं, ये भी मेन गेट है। पुलिस ने दसिया तुसी दसिया फेर की कहंदी पुलिस कौन सुनदा है साडी गल सुनी नहीं ਅਗਲੇ ਚਾਰ ਮਾਰ ਗਏ ਉਹਨੇ ਕਿਹਾ ਤੁਸੀਂ ਕਢਾਉਣ ਪਰਚੀ ਜੀ ਨਹੀਂ ਕਢਾਉਣਾ ਨਹੀਂ ਕਢਾਉਂਦੇ ਅਸੀਂ ਖੱਪਣ ਬੰਨ ਲਿਆ ਤੁਸੀਂ ਬੰਨ ਲਓ ਅੱਛਾ ਅਸੀਂ ਕਫਨ ਬੰਨ ਲਿਆ ਤੇ ਤੁਸੀਂ ਵੀ ਬੰਨੋ ਤੁਸੀਂ ਬੰਨ ਲਓ ਅਸੀਂ ਤੁਹਾਨੂੰ ਬੰਨ ਆਉਣਾ ਜੀ ਮਿੱਠੂ ਨੇ ਕਿਹਾ ਮਿੱਠੂ ਨੇ ਭਰਜਾਈ ਟੋੜੀ ਭਰਾ ਟੋੜਿਆ ਪਤਨੀਆਂ ਤੋੜੀਆਂ ਤੁਹਾਡਾ ਕੀ ਰਹਿ ਗਿਆ ਘਰ ਵਿੱਚ ਇਕੱਠੇ ਜਨਾਜ਼ੇ ਚੁੱਕੇ ਨੇ ਸਰ ਜੀ ਲਈ ਜਾਣ ਮੈਡਮ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਮੁਦਈ ਮੁਕੱਦਮਾ ਹੈ ਆਪ ਜੀ ਨਾਮ ਕਿਆ ਆਪਕਾ ਮੁਹੰਮਦ ਰਜ਼ਾਕ ਮੁਹੰਮਦ ਰਜ਼ਾਕ ਜੀ ਰਜ਼ਾਕ ਸਾਹਿਬ ਆਪਕੀ ਜੋ ਦੁਸ਼ਮਨੀ ਕਹਾਣੀ ਕਤਲੋ ਗਾਰਤ ਮੈਨੇ ਸੁਣ ਲਈ ਹੈ ਜੀ ਪਹਿਲੇ ਜੋ ਆਪਕੋ ਇਜਾਜ਼ ਨੇ ਫਾਇਰ ਮਾਰਾ ਥਾ ਵੋ ਕਿਸ ਬਾਤ ਪੇ ਮਾਰਾ ਥਾ ਕਿਤਨੇ ਸਾਲ ਪਹਿਲੇ ਕੀ ਬਾਤ ਹੈ 2013 ਪੰਜਵਾਂ ਮਹੀਨਾ 13 ਤਰੀਕ 2013 ਮੇ 2013 ਕਿਉਂ ਮਾਰਾ ਥਾ ਇਹ ਨਹੀਂ ਮੈਂ ਤੁਹਾਨੂੰ ਗੱਲ ਹੋ ਗਈ ਕਿਹੜੀ ਗੱਲ ਤੋਂ ਜਾਨੀ ਲੜਕੀ ਨੂੰ ਗਲਤੀ ਲੜੀਆਂ ਹੋ ਇਹ ਬੱਚੇ ਨੂੰ ਫੜੋ ਜ਼ਰਾ ਲੜਕੀ ਨੂੰ ਚਲੋ ਸ਼ਾਬਾਸ਼ ਅੱਛਾ ਇਹ ਸਾਫ ਕਰਦੇ ਹਾਂ ਨਾਲੀਆਂ ਸਾਫ ਕਰਦੇ ਹਾਂ ਨਾਲੀਆਂ ਸਾਫ ਕਰਕੇ ਗੰਦ ਬਾੜੀ ਰੱਖਣੀ ਸੀ ਨਾ ਕੱਢ ਕੇ ਠੀਕ ਹੈ ਉਹ ਕਿਹਾ ਮੇਰੇ ਬੂਜੀ ਗੰਦ ਸੀ ਕਿਉਂ ਰੱਖਦੇ ਹੋ ਅੱਛਾ ਮੈਂ ਗੰਦ ਨਹੀਂ ਚੁੱਕ ਲੈਣਾ ਠੀਕ ਹੈ ਇਤਨੀ ਰਹਿਣ ਜਾਣਾ ਸੀ ਠੀਕ ਹੈ ਉਹਨੇ ਕਿਹਾ ਮੈਂ ਲੰਗਾ ਤੁਹਾਨੂੰ ਫੜਕਾ ਮਾਰ ਲੰਗਾ ਤੁਹਾਨੂੰ ਫੈਰ ਮੈਂ ਮਾਰ ਤੁਹਾਨੂੰ ਫੈਰ ਮਾਰ ਸਕਦਾ ਸੀ ਬਈ ਅੱਛਾ ਹਾਂ ਤੁਹਾਨੂੰ ਅੱਗੇ ਮਤਲਬ ਫੈਰ ਮਾਰ ਬਦਮਾਸ਼ ਲੋਕ ਨੇ ਬਦਮਾਸ਼ ਲੋਕ ਨੇ ਬਦਮਾਸ਼ ਲੋਕ ਨਹੀਂ ਹੈ ਲੁੱਟ ਪੁੱਟ ਕੇ ਖਾਂਦੇ ਨੇ ਚੰਗੇ ਮਾੜੇ ਮੋਟੇ ਬੰਦੇ ਜੂ ਨਹੀਂ ਦਿੰਦੇ ਨਹੀਂ ਲੁੱਟ ਪੁੱਟ ਕੇ ਕਿਵੇਂ ਖਾਂਦੇ ਨੇ ਕੋਈ ਡਾਕੂ ਨੇ ਇਹੋ ਕੰਮ ਕਰਦੇ ਜੀ ਡਕੈਤੀਆਂ ਕਰਦੇ ਨੇ ਕਰਦੇ ਨੇ ਪੱਕੀ ਗੱਲ ਹੈ ਪੱਕੀ ਗੱਲ ਹੈ ਕਿੰਨੀਆਂ ਡਕੈਤੀਆਂ ਕੀਤੀਆਂ ਨੇ ਦੇਸ਼ਮਾਰ ਕਰਦੇ ਨੇ ਜੀ ਅੱਛਾ ਜੀ ਤੇ ਪੁਲਿਸ ਨੂੰ ਦੱਸਿਆ ਤੁਸੀਂ ਦੱਸਿਆ ਫੇਰ ਕੀ ਕਹਿੰਦੀ ਪੁਲਿਸ ਪੁਲਿਸ ਨੇ ਕਿਹਾ ਠੀਕ ਆ
ਕਰਾਂਗੇ ਇਲਾਜ ਦਾ, ਫਿਕਰ ਨਾ ਕਰ। ਕੋਈ ਕੌਣ ਇਲਾਜ ਕਰਦਾ, ਕੌਣ ਸੁਣਦਾ? ਸਾਡੀ ਕਿਸੇ ਸੁਣੀ ਨਹੀਂ। ਅਗਲੇ ਫੈਰ ਮਾਰ ਗਏ, ਸਰਿਆਮ ਫੈਰ ਮਾਰਿਆ, ਉਹ ਫਿਰ ਕਹਿੰਦੇ ਮੈਂ ਫਿਰ ਫੈਰ ਮਾਰਾਂਗਾ। ਇਜਾਜ਼ ਕਹਿਤਾ ਜੀ, ਕਿਆ ਕਹਿਤਾ? ਕਹਿੰਦਾ ਮੈਂ ਫਿਰ ਫੈਰ ਮਾਰਾਂਗਾ। ਜਦੋਂ ਮਦੇਈ ਬਣਿਆ ਤੇ ਇਹਦੀ ਭੈਣ ਕਹਿੰਦੀ ਹੈ ਅੰਮ੍ਰਿਤਸਰ ਬੀਬੀ ਦਿਓੜੀ ਬਿਆਰੀ ਹੈ, ਉਹਨੇ ਕਿਹਾ ਛੱਡ ਦਿਆ ਤਾਂ ਐਫ ਆਰ ਚ ਨਾ ਕਟਾ ਦੇ, ਤਾਂ ਮਾਰ ਦਿਆ ਮੈਂ ਕਿਹਾ ਮੈਂ ਮਿੱਠੂ ਨੇ ਕਿਹਾ ਉਹਨੇ ਕਿਹਾ ਤੁਸੀਂ ਕਟਾਇਆ ਨਹੀਂ ਕਟਾਇਆ ਜੀ ਬਹਾਦੁਰ ਹੈ ਆਪ ਮੈਂ ਕਿਹਾ ਮੈਂ ਮਾਰ ਦੇ ਆਣ ਕੇ ਸਾਨੂੰ ਫਿਰ ਉਹਦੇ ਮੁੰਡੇ ਨੇ ਸਾਨੂੰ ਧਮਕੀ ਦਿੱਤੀ ਤੁਸੀਂ ਤਾਂ ਇਹ ਲੱਗਦੇ ਹੋ ਬੱਚਿਆਂ ਦੇ ਹਾਂ
ਮਿੱਠੂ ਨੇ ਕਿਹਾ ਮਿੱਠੂ ਕੀ ਲਾਦਾ ਇਜਾਜ਼ ਦਾ ਜਾਜ ਦਾ ਪਨੇਵਾ ਪਨੇਵਾ ਜੀ ਅੱਛਾ ਫਿਰ ਤੁਸੀਂ ਕੀ ਜਵਾਬ ਦਿੱਤਾ ਹੁਣ ਕਿਹਾ ਆ ਜਾ ਤੂੰ ਬਈ ਐ ਐ ਮੈਸੇਜ ਤੁਹਾਨੂੰ ਫੋਨ ਤੇ ਭੇਜਿਆ ਹੈ ਕਿਸੇ ਬੰਦੇ ਦੇ ਹੱਥ ਭੇਜਿਆ ਫੋਨ ਤੇ ਭੇਜਿਆ ਜੀ ਉਹਨਾਂ ਫੋਨ ਕੀਤਾ ਹਾਂ ਜੀ ਮਿੱਠੂ ਨੇ ਆਪ ਕੀਤਾ ਜੀ ਆਪ ਕੀਤਾ ਇਜਾਜ਼ ਕਿੱਥੇ ਹੈ ਯਾਦ ਦਿਉਲੀ ਕਿੱਥੇ ਜੋੜੀ ਰਹਿੰਦੇ ਜੀ ਉਹ ਹੁਣ ਇਸ ਟਾਈਮ ਨਸਿਆ ਭਜਿਆ ਜਾਂ ਜੋੜੀ ਰਹਿੰਦਾ ਅੱਲਾ ਜਾਣੇ ਕਿੱਥੇ ਰਹਿੰਦੇ ਕਿੱਥੇ ਰਹਿੰਦਾ ਨਹੀਂ ਪਤਾ ਤੇ ਫੈਮਿਲੀ ਬੁੱਢੀ ਬੱਚੇ ਉਹ ਕੋਈ ਪਤਾ ਨਹੀਂ ਚਲੀ ਗਈ ਹੋਈ ਕੋਈ ਪਤਾ ਨਹੀਂ ਹੈ ਜਿਹਨੇ ਇੱਕ ਅਤਲੇ ਆ ਨਾ ਹਾਂ ਉਸੇ ਦਿਨ ਚਲੀ ਗਈ ਉਹ ਲਿਸਾਂ ਲੈ ਕੇ ਫਿਰ ਗਈ ਅੱਛਾ ਠੀਕ ਹੈ ਹਾਂ ਹੁਣ ਕੀ ਕਹਿਣਾ ਚਾਹੁੰਦੇ ਹੋ ਹੁਣ ਇਹ ਕਹਿਣਾ ਚਾਹੁੰਦੇ ਆ ਕਮ ਸੇ ਕਮ ਬੱਚੇ ਦੇ ਬਾਰੇ ਕੋਈ ਇਨਸਾਫ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਹੈ ਇਨਦਾਦ ਹੋਣੀ ਚਾਹੀਦੀ ਹੈ ਬਸ ਨਹੀਂ ਹੈ ਕੋਈ ਕੋਈ ਹੈ ਨਹੀਂ ਹੈ ਭਰਾ ਨਹੀਂ ਜਗ੍ਹਾ ਹੈ ਨਹੀਂ ਹੈ ਹਾਂਜੀ ਤੇ ਥੋੜੀ ਉਹਦੀ ਗਵਰਨਮੈਂਟ ਦੀ ਅਪੀਲ ਕਰਨੀ ਹੈ ਇਨਦਾਦ ਹੋ ਜੀ ਕੌਣ ਵੇਹ ਗਾਂ ਚੱਲ ਜਾਣਾ ਕੌਣ ਬੰਦਾ ਕੌਣ ਜਿਹਨ ਦਿੰਦਾ ਤੇ ਅਰਜ਼ੀ ਕੇ ਔਰ ਗਵਾਸ ਮਿਹਰਬਾਨੀ ਕਰੇ ਮਰੀਮ ਨਵਾਸੀ ਸਭ ਅੱਜ ਪੀ ਲੈ ਤੇ ਬੱਚੇ ਬਾਰੇ ਕੁਝ ਸੋਚੇ ਕੋਈ ਇਹਨਾਂ ਦਾ ਹੱਲ ਕਰਦੇ ਆਪਣੇ ਭਰਾ ਨੂੰ ਭਰਜਾਈ ਨੂੰ ਭਰਜਾਈ ਟੋੜੀ ਭਰਾ ਟੋੜਿਆ ਪਤਨੀਆਂ ਤੋੜੀਆਂ ਤੁਹਾਡਾ ਕੀ ਰਹਿ ਗਿਆ ਘਰ ਵਿੱਚ ਇਕੱਠੇ ਜਨਾਜ਼ੇ ਚੁੱਕੇ ਨੇ ਸਰ ਜੀ ਲਈ ਜਾਣ ਮੈਡਮ ਕਿ ਲਗਨਾ ਬਿਆਨ ਕਰੀ ਕਿ ਦੰਗ ਗੱਲ ਆਉਂਦੀ ਨਹੀਂ ਬਈ ਜਿਹਦੇ ਘਰੋਂ ਚਾਰ ਜਨਾਜ਼ੇ ਕੋਝੇ ਜਾਣ ਨਾ ਕਸੂਰ ਨਾ ਗੱਲ ਨਾ ਬਾਤ ਚਲੋ ਜ਼ਾਲਮਾਂ ਮਾਰ ਸਾਡੇ ਭਰਾ ਨੂੰ ਮਾਰ ਛੱਡ ਸਾਨੂੰ ਮਾਰ ਛੱਡ ਤੂੰ ਸਾਡੀ ਬੇੜੀਆਂ ਨੂੰ ਨਾ ਮਾਰ ਬੱਚਿਆਂ ਨੂੰ ਨਾ ਮਾਰ ਬੱਚਿਆਂ ਨੂੰ ਨਾ ਮਾਰ ਜ਼ਾਲਮਾਂ ਤੂੰ ਨਹੀਂ ਮੁੜਿਆ ਨਹੀਂ ਮੁੜਿਆ ਨਹੀਂ ਮੁੜਿਆ ਇੱਕ ਇੱਕ ਕਰਕੇ ਜਨਾਜ਼ਾ ਚੁੱਕਿਆ ਇਕੱਠੇ ਚੁੱਕੇ ਜੀ ਜੇ ਕੋਈ ਚਾਰ ਜਨਾਜ਼ੇ ਨਿਕਲਣ ਤਿੰਨਾਂ ਧੀਆਂ ਨਿਕਲਣ ਇੱਕ ਭਰਾ ਦਾ ਨਿਕਲ ਘਰ ਕੀ ਰਹਿੰਦਾ ਸਹੀ ਕਹਿ ਰਹੇ ਘਰ ਖਾਲੀ ਹੋ ਗਿਆ ਸਾਡਾ ਕੀ ਰਹਿ ਗਿਆ ਉਹ ਟੁੱਟ ਗਿਆ ਲਵਾਰਿਸ ਹੋ ਗਿਆ ਘਰ ਟੁੱਟੇ ਧੰਕੇ ਲਾਂਡੇ ਨੇ ਜਾਂ ਮਕਾਨ ਛੱਡ ਦੇ ਤੈਨੂੰ ਤੂੰ ਮਾਰ ਛਿੰਦਾ ਨਹੀਂ ਰਾਤੀ ਆਣ ਕੇ ਮੇਰੇ ਤੇ ਫਾਇਰਿੰਗ ਕੀਤੀ ਉਹਨਾਂ ਨੇ ਰਾਤੀ ਫਿਰ ਫਾਇਰਿੰਗ ਕੀਤੀ ਅਸੀਂ ਫਿਰ ਆਣ ਕੇ ਫਾਇਰਿੰਗ ਕੀਤੀ ਹੈ ਅੱਛਾ ਕਿੰਨੇ ਬੰਦੇ ਸੀ ਕੋਈ ਅੰਦਾਜ਼ਾ ਹੈ ਮੈਂ ਬਾਹਰ ਹੀ ਨਿਕਲਿਆ ਜ਼ਾਹਿਰ ਹੈ ਗੋਲੀ ਨਾ ਲੱਗ ਜਾਏ ਮੈਂ ਗੋਲੀ ਨਾ ਲੱਗ ਜਾਏ ਅੱਗੇ ਡਰਦੇ ਆਹੀ ਇਹ ਦਰਵਾਜ਼ੇ ਬੰਦ ਕੀਤੇ ਅੰਦਰ ਮੈਂ ਜਾ ਰਹੀ ਆਹੀ ਬੜੀ ਸਾਰੇ ਹੋਈ ਜਾਂਦੀ ਇਹ ਤੁਹਾਡਾ ਤੇ ਮਤਲਬ ਖੁੱਲਾ ਰਸਤਾ ਹੈ ਇਥੋਂ ਇਦੋਂ ਅੰਦਰ ਬੈਠੇ ਹੋ ਹਾਂਜੀ ਕੁੰਡੀ ਲਾਈ ਸੀ ਅੰਦਰੋਂ ਕੁੰਡੀ ਲਾਈ ਸੀ ਦਵਾਈ ਟੋਏ ਜਾਂਦੀ ਹੈ ਫਿਰ ਪੁਲਿਸ ਨੂੰ ਫੋਨ ਕੀਤਾ ਜਾਂ ਪੁਲਿਸ ਆਪ ਹੀ ਆਈ ਆਪ ਹੀ ਆ ਕੇ ਸੁਣ ਗਈ ਜੀ ਇੰਨੀ ਫਾਇਰਿੰਗ ਹੋਈ ਹੈ ਇੰਨੀ ਫਾਇਰਿੰਗ ਹੋਈ ਹੈ ਇਥੋਂ ਥਾਣੇ ਦਾ ਸਫ਼ਰ ਕਿੰਨਾ ਕੁ ਹੈ ਇਥੋਂ ਥਾਣੇ ਦਾ ਸਫ਼ਰ ਹੈ ਕੋਈ ਥੋੜਾ ਹੀ ਹੈ 10-12 ਕਿਲੋਮੀਟਰ ਹੈ ਇੰਨੀ ਫਾਇਰਿੰਗ ਹੋਈ ਹੈ ਕਿ ਪੁਲਿਸ ਫਾਇਰਿੰਗ ਸੁਣ ਕੇ ਆਈ ਹੈ ਉਹ ਗਸ਼ਤ ਜਾ ਰਹੇ ਕਿੰਗਰੇ ਆ ਰਹੇ ਹੋ ਗਸ਼ਤ ਕਰ ਰਹੇ ਸੀ ਪੈਟਰੋਲਿੰਗ ਕਰ ਰਹੇ ਸੀ ਅੱਛਾ ਤੋ ਸੁਣ ਕੇ ਫਿਰ ਆਏ ਹਣੋ ਤੇ ਲਸਕੀਆ ਜੋ ਸਵੇਰੇ ਅਸੀਂ ਉੱਠੀਏ ਬਾਹਰ ਨਿਕਲਿਆ ਤਲਾਸ਼ ਵੀ ਸ਼ਹਿਜ਼ਾਦੀ ਸ਼ਹਿਜ਼ਾਦੀ ਤਾਂ ਮਿਹਰਬਾਨੀ ਕਰੇ ਸਾਡਾ ਸਾਥ ਦੇਵੇਂ ਇਹਨੇ ਬੱਚੇ ਬਾਰੇ ਕੁਛ ਸੋਚੇ ਸਹੀ ਕਹਿ ਰਹੇ ਹੋ ਤੁਸੀਂ ਹਾਂ ਇਹੋ ਮੇਰੀ ਰਸ ਹੈ ਇਹੋ ਮੇਰੀ ਅਪੀਲ ਹੈ ਅਤੇ ਮਿਹਰਬਾਨੀ ਆਪ ਕਰੇ
مجھے سمجھ نہیں آ رہا کہ میں کیا سوال کروں. ایک کوہرام برپا ہے اس گھر میں, حالات و واقعات بڑے سیریس کنڈیشن کے ہیں. جس کو بھی دیکھ لو, جس سے بھی بات کر لو, وہ پریشان نظر آتا ہے. السلام علیکم ماں جی. وعلیکم السلام. ماں جی کیا نام ہے آپ کا؟ پروین. جی پروین. پروین جی. اچھا ماں جی, آپ کا رشتے دار یا آپ کیا لگتی ہیں ان کی؟ میں انہاں دی بہن ہوں, پھوپھی ہیں انہاں دی. پھوپھی ہو تسی؟ ہاں جی. اچھا اس دنیا تو جڑے چلے گئے نے انہاں دی پھوپھی لگدے ہو؟ ہاں جی. انہاں دی جڑے دنیا چلا گئے نا وہ میرا بھرا سی. تہاڈا بھرا چلا گیا دنیا تو؟ ہاں جی. اوئے ہوئے, بہناں نوں تے بھرا بڑے سونے ہوندے نے, بڑے پیارے لگدے. ہاں جی. کی کہو گے ماں جی؟ کی کہنا, کہہ کی سکنے اسی؟ ہاں جے دوائی چلے گئے تے اسی کی کہنا ہے؟ بچے یتیم رہ گئے. سانوں تے کوئی گل نہیں ہوندی. جان ماس وغیرہ وچا لیا سی؟ ہاں جی. تسی بھی جان ماس وچا سی؟ سانا نہیں, جد گولی دے منہ کون جاندا؟ نہیں جاندا. پھر اندر ہی بننا ہی, یار اندر ہی بننا. نہیں اندر تے بڑے ہو, پھر اندر جا کے کی کیتا؟ اندر کی کرنا ہے؟ بہ رہے پڑھتے رہے اللہ اللہ کرتے رہے کہ جان بچ جائے. بچ جائے ساڑی. اچھا ناظرین, یہ جو اسکائی کلر کا گیٹ آپ کو نظر آ رہا ہے نا, یہ ملزموں کا گھر ہے. نیم پلیٹ ذرا پڑھ لیں. فوجی محمد اقبال ولد محمد اشرف آف سنگنال شریف. ٹھیک ہو گیا جی. یہ گھر میں اندر نہیں جاؤں گی کیونکہ میرے اختیارات نہیں ہیں. ملزم پکڑ لیا گیا لیکن گھر جو ہے وہ خالی پڑا ہوا ہے. ظاہر ہے جب یہ قتل و غارت کرتے ہیں تو پھر پولیس ان کو پکڑتی ہے, پھر یہ بیوی بچے لے کے بھاگ جاتے ہیں. اس گھر کے تین دروازے ہیں. ایک یہ دروازہ ہے, مین گیٹ ہے. آگے چلے میں آپ کو باقی دروازے بھی دکھاتی ہوں, کہ اگلے اس گھر کو جو دروازے لگتے ہیں وہ بھی آپ کو دکھاتی ہوں. گاؤں والوں نے مجھے یہ بتایا ہے کہ یہ ڈکیتیاں کرتے ہیں, یہ قتل و غارت کرتے ہیں. آگے چلتے ہیں اور اگلا دروازہ آپ کو دکھاتی ہوں. ایک یہ ہے جناب, میرے لیفٹ ہینڈ پہ براؤن دروازہ. یہ بھی سیڑھیاں دو بنا رکھی ہیں, دو سٹیپس ہیں. ایک اس گھر کا یہ دروازہ اور ایک اور دروازہ ہے, میں وہ بھی آپ کو دکھاتی ہوں. یہ بھی آپ نے دیکھا کہ کھلا ہوا ہے. اور اب ہے جناب باری تیسرے دروازے کی, اور یہ ہے وہ تیسرا دروازہ جو انہی قاتلوں کا, ملزموں کا گھر ہے. یعنی اس گھر کو تین دروازے لگتے ہیں. یہ بھی مین گیٹ ہے, آلموسٹ بڑا گیٹ نظر آ رہا ہے. اب یہ دروازے جو ہیں آپ کے سامنے ہیں, لاک ان کو نہیں لگا ہوا, دروازے کھلے ہیں, اندر گھر خالی پڑے ہوئے ہیں. قتل و غارت کرنا, ڈکیتیاں کرنا, لوگوں کو قتل کرنا, یہ سب کام کرنے کے بعد ایٹ دی اینڈ حشر یہ ہوتا ہے گھر کا جو آپ کے سامنے ہے. قانون کی گرفت سے کوئی بھی ڈاکو, کوئی بھی شخص نہیں بچ سکتا جب وہ قتل کرتا ہے. قتل کرنے کے ٹائم ذہن میں یہ ہوتا ہے کہ میرا کیا کسی نے کر لینا ہے, میں تو بندے مار ہی دوں گا. اس کے ساتھ ہی اپنی میزبان تہمینہ شیخ کو اجازت دیجئے. اللہ حافظ.